गुरु तेग बहादुर पब्लिक स्कूल दे एमडी मोहन सिंह कग दे सपुत्र सुखमनवीर सिंह कग वल्लों हाल ही विच होण च लियांदी सुखमन कग संस्था वल्लों हुण तक करोना महामारी दौरान करफ्यू च घिरे लोड़वंद परिवारां नूं 2000 राशन किटां वंड चुके हन। इस मौके संस्था दे सरप्रस्त प्रवासी भारती सुखमन कग ने गलबात दौरान दस्सिया कि सानूं समाज सेवा दे काम च वध तों वध सहयोग करना चाहीदा। उन्हां दस्सिया कि ओह हुण तक गुरु तेग बहादुर पब्लिक सीनियर सैकेंडरी स्कूल इब्राहिमवाल ते होरनां दे सहयोग नाल लोड़वंदां नूं ब्लाक ढलवां ते नंडाला दे पिंडां विच राशन दीआं किटां वंड चुके हन ਅਤੇ ਮੰਡੀਆਂ ਦੇ ਵਿੱਚ ਵੀ ਸੈਨੇਟਾਈਜ਼ ਅਤੇ 10,000 ਮਾਸਕ ਬਣਾ ਕੇ ਵੰਡ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ 'ਚ ਵੀ ਉਹ ਲੋੜਵੰਦ ਪਰਿਵਾਰਾਂ ਤੱਕ ਪਹੁੰਚ ਕਰਕੇ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਅਤੇ ਜਦ ਤੱਕ ਲੋਕਡਾਊਨ ਜਾਰੀ ਰਹੇਗਾ ਤਦ ਤੱਕ ਇਹ ਸੇਵਾ ਵੀ ਜਾਰੀ ਰਹੂਗੀ। ਸੁਖਮਨ ਘੱਗ ਐਨ ਜੀ ਓ ਸੰਸਥਾ ਜੋ ਕਿ ਬਰਾਵਲ 'ਚ ਇਸ ਔਖੀ ਘੜੀ ਦੇ ਵਿੱਚ ਅਸੀਂ ਸ਼ੁਰੂ ਕੀਤੀ ਸੀ, ਸਾਡੀ ਟੀਮ ਦੇ ਸਭ ਤੋਂ ਸੂਝਵਾਨ ਮੈਂਬਰ ਪੰਚਾਇਤ ਜੋਗਾ ਸਿੰਘ ਜੀ ਇਬਰਾਹਿਮਵਾਲ ਤੋਂ, ਮੈਂਬਰ ਟਹਿਲ ਸਿੰਘ ਬਾਜਵਾ ਜੀ ਇਬਰਾਹਿਮਵਾਲ ਤੋਂ, ਬਲਾਕ ਸੰਮਤੀ ਸੁਖਦੇਵ ਸਿੰਘ ਜੀ ਇਬਰਾਹਿਮਵਾਲ ਤੋਂ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਜੋਗਾ ਸਿੰਘ ਜੀ ਇਬਰਾਹਿਮਵਾਲ ਤੋਂ। ਇਹ ਅਸੀਂ 5 ਜਣਿਆਂ ਨੇ ਟੀਮ ਸ਼ੁਰੂ ਕੀਤੀ ਸੀਗੀ। ਹੁਣ ਤੱਕ ਸਾਡੀ ਟੀਮ ਜ਼ਿਲ੍ਹਾ ਕਪੂਰਥਲੇ ਦੇ ਵਿੱਚ ਪੈਂਦੇ ਕਾਫੀ ਪਿੰਡਾਂ ਵਿੱਚ ਹੁਣ ਤੱਕ 2000 ਤੋਂ ਵੱਧ ਹੀ ਕਿੱਟਾਂ ਬਣ ਚੁੱਕੇ ਹਾਂ ਜੀ। ਹੁਣ ਸਾਡੇ ਐਨ ਜੀ ਓ ਵੱਲੋਂ ਮਾਸਕ ਬਣਾਉਣ ਦੀ ਅਤੇ ਸੈਨੇਟਾਈਜ਼ਰ ਹਰੇਕ ਪੁਲਿਸ ਮੁਲਾਜ਼ਮਾਂ ਨੂੰ ਜਿੰਨੇ ਵੀ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਪੈਂਦੇ ਆ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਜ਼ਿਲ੍ਹੇ ਜਲੰਧਰ ਵਿੱਚ ਵੀ ਆਪਣੀ ਸੰਸਥਾ ਸ਼ੁਰੂ ਕਰ ਰਹੇ ਹਾਂ। ਇਸ ਤਰ੍ਹਾਂ ਦੇਖਿਆ ਜਾਂਦਾ ਕਿ ਜਿੱਦਾਂ ਜਿਹੜੀ ਕੋਈ ਸੰਸਥਾ ਹੁੰਦੀ ਹੈ ਲੋਕਲ ਲੈਵਲ 'ਤੇ ਹੀ ਜ਼ਿਆਦਾ ਜਿਹੜੀ ਪ੍ਰਭਾਵ ਛੱਡਦੀ ਹੈ ਕਿ ਤੁਹਾਡੇ ਵੱਲੋਂ ਮਤਲਬ ਕਿ ਹੋਰਨਾਂ ਰਾਜ ਮਤਲਬ ਜ਼ਿਲ੍ਹਿਆਂ ਵਿੱਚ ਵੀ ਜਿਹੜੀ ਸੇਵਾ ਨਿਭਾਈ? ਸਾਡੇ ਕੋਲ ਹੁਣ ਤੱਕ ਜ਼ਿਲ੍ਹਾ ਆਪਣੇ ਅੰਮ੍ਰਿਤਸਰ ਦੇ ਵਿੱਚ, ਜ਼ਿਲ੍ਹਾ ਲੁਧਿਆਣੇ ਦੇ ਵਿੱਚ, ਮੋਗੇ, ਖੰਨੇ, ਜਿੱਥੇ ਅਸੀਂ ਨਹੀਂ ਵੀ ਪਹੁੰਚ ਸਕਦੇ ਉਸੇ ਅਸੀਂ ਮਾਲੀ ਸਹਾਇਤਾ ਭੇਜ ਕੇ ਜਾਂ ਪੈਸੇ ਭੇਜ ਕੇ ਉਹਨਾਂ ਪਰਿਵਾਰਾਂ ਦੀ ਹੈਲਪ ਕਰ ਚੁੱਕੇ। ਹੁਣ ਤੱਕ 200 ਦੇ ਲਗਭਗ ਇੱਦਾਂ ਦੇ ਪਰਿਵਾਰ ਨੇ ਜਿਨ੍ਹਾਂ ਨੂੰ ਹੁਣ ਤੱਕ ਅਸੀਂ 1,00,000 ਰੁਪਏ ਤੋਂ ਉੱਤੇ ਉੱਥੇ ਉਹਨਾਂ ਦੇ ਖਾਤਿਆਂ 'ਚ ਪੈਸੇ ਪਾ ਕੇ ਸੇਵਾ ਕਰ ਚੁੱਕੇ ਹਾਂ ਜੀ। ਲੋਕਾਂ ਵੱਲੋਂ ਕਿਹੋ ਜਿਹਾ ਸਹਿਯੋਗ ਮਿਲ ਰਿਹਾ ਦਾਨੀ ਸੱਜਣਾ ਵੱਲੋਂ? ਦਾਨੀ ਸੱਜਣਾ ਵੱਲੋਂ ਬਹੁਤ ਹੀ ਵਧੀਆ ਸਹਿਯੋਗ ਮਿਲ ਰਿਹਾ ਹੈ। ਹੁਣ ਤੱਕ ਸਾਡਾ ਪਹਿਲਾਂ ਸ਼ੁਰੂ 'ਚ ਜਦੋਂ ਐਨ ਜੀ ਓ ਸ਼ੁਰੂ ਕੀਤੀ ਸੀ ਉਦੋਂ ਸਾਡਾ ਟਾਰਗੇਟ ਸਿਰਫ ਇੱਕ ਆਪਣੇ ਲੈਵਲ 'ਤੇ 500 ਪਰਿਵਾਰਾਂ ਤੱਕ ਪਹੁੰਚਾਉਣ ਦਾ ਸੀਗਾ ਜੀ। ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਹੀ ਅਸੀਂ ਹੁਣ ਤੱਕ ਅੱਜ ਦੀਆਂ ਵੀ ਕਿੱਟਾਂ ਪਾ ਕੇ 2100 ਦੇ ਕਰੀਬ ਅਸੀਂ ਕਰ ਚੁੱਕੇ ਹਾਂ ਜੀ। ਇਹ ਸੇਵਾ ਅੱਗੇ ਵੀ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਜਾਰੀ ਰਹੂਗੀ ਜੀ। ਸੰਸਥਾ ਵੱਲੋਂ ਕਿਹੋ ਜਿਹੜੇ ਪਰਿਵਾਰ ਨੇ ਜਿਹਨਾਂ ਦੀ ਮਦਦ ਕੀਤੀ ਜਾ ਰਹੀ? ਸੰਸਥਾ ਵੱਲੋਂ ਜ਼ਿਆਦਾਤਰ ਪਰਿਵਾਰ ਨੇ ਜਿੱਦਾਂ ਕੋਈ ਅੰਗਹੀਣ ਆ ਜਾਂ ਕੋਈ ਬਿਰਧੇ ਆ ਜਾਂ ਕੋਈ ਜਿਹਨਾਂ ਦੀ ਕਮਾਈ ਦਾ ਸਾਧਨ ਨਹੀਂ ਗਾ, ਸਾਡੀ ਸੰਸਥਾ ਵੱਲੋਂ ਉਸ ਤਰ੍ਹਾਂ ਦੇ ਪਰਿਵਾਰਾਂ ਦੀ ਜ਼ਿਆਦਾ ਹੈਲਪ ਕੀਤੀ ਜਾ ਰਹੀ ਹੈ। ਲੋਕਡਾਊਨ ਦੌਰਾਨ ਅਸੀਂ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਪਰਮਾਤਮਾ ਕਰੇ ਵੀ ਇਹ ਲੋਕਡਾਊਨ ਛੇਤੀ ਖਤਮ ਹੋਵੇ, ਲੋਕ ਆਪੋ ਆਪਣੇ ਕੰਮਾਂ 'ਤੇ ਜਾਣ। ਅਤੇ ਸਭ ਤੋਂ ਜਿਹੜਾ ਖਾਸ ਸੰਦੇਸ਼ ਅਸੀਂ ਦੇਣਾ ਚਾਹੁੰਦੇ ਹਾਂ ਉਹ ਇਹੀ ਆ ਕਿ ਜਿੱਦਾਂ ਇਹਨਾਂ ਦਿਨਾਂ ਦੇ ਵਿੱਚ ਲੋਕਡਾਊਨ ਦੇ ਚੱਲਦਿਆਂ ਕਾਫੀ ਪਰਿਵਾਰਾਂ ਦੇ ਕੋਲ ਕੋਈ ਬਜਟ ਨਹੀਂ ਸੀਗਾ, ਵੀ ਬਹੁਤ ਸਾਰੇ ਸਾਡੇ ਵੀਰ ਜਿੰਨਾ ਕਮਾਉਂਦੇ ਸੀਗੇ ਉਹੀ ਖਾ ਲੈਂਦੇ ਸੀਗੇ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇੱਦਾਂ ਦੀ ਭੀੜ ਕੋਈ ਪੈਂਦੀ ਹੈ ਤਾਂ ਉਹ ਘੱਟੋ ਘੱਟ ਆਪਣੇ ਬੱਚਿਆਂ ਵਾਸਤੇ ਥੋੜ੍ਹਾ ਜਿਹਾ ਬਜਟ ਬਚਾ ਕੇ ਰੱਖਿਆ ਕਰਨ, ਨਾ ਕਿ ਜਿਹੜਾ ਜੋ ਕਮਾਇਆ ਉਹ ਖਾ ਲਿਆ ਕਰਨ, ਥੋੜ੍ਹਾ ਬਜਟ ਬਚਾ ਕੇ ਰੱਖਿਆ ਕਰਨ।